ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁਣ ਸੁਖਬੀਰ ਸਿੰਘ ਬਾਦਲ ਦੀ ਪਰਚੀ ਚੋਂ ਨਿਕਲੇਗਾ। ਇਸ ਤੋਂ ਪਹਿਲਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਹੀ ਇਸ ਦਾ ਫੈਸਲਾ ਕਰਦੇ ਸਨ। ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਦੇ ਸਾਰੇ ਹੱਕ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਹਨ। ਹੁਣ ਬੁੱਧਵਾਰ ਨੂੰ ਹੋ ਰਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਤੈਅ ਪ੍ਰਧਾਨ ਦਾ ਨਾਮ ਐਲਾਨਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ 29 ਨਵੰਬਰ ਨੂੰ ਸੱਦੇ ਗਏ ਜਨਰਲ ਇਜਲਾਸ ਵਿੱਚ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣੀ ਹੈ। ਇਸ ਲਈ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੇ ਧੜੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੰਗਾਮੀ ਮੀਟਿੰਗ ਅੰਮ੍ਰਿਤਸਰ ਵਿੱਚ ਸੱਦੀ ਗਈ ਸੀ। ਉਹ ਤਾਂ ਮੈਂਬਰਸ ਕੱਲ ਹੀ ਚੁਣਨਗੇ ਆਪਣੇ ਜੋ ਅਹੁਦੇਦਾਰ ਹੈਗੇ ਸਾਰੀ ਟੀਮ ਮੈਂਬਰਸ ਨੇ ਚੁਣਨਾ। ਲੇਕਿਨ ਅਧਿਕਾਰ ਤੁਹਾਨੂੰ ਸੌਂਪੇ ਗਏ ਆ, ਉਹ ਤਾਂ ਫਾਰਮੈਲਿਟੀ ਹੈ, ਪਰ ਫੈਸਲਾ ਉਹਨਾਂ ਦਾ। ਮੈਂ ਇੱਕ ਹਰ ਮੈਂਬਰ ਨਾਲ ਮੈਂ 2 ਦਿਨ ਲਾਏ, ਹਰ ਮੈਂਬਰ ਦੇ ਵਿਚਾਰ ਸੁਣੇ, ਉਹਨੇ ਭਾਵਨਾ ਸੁਣੀਆਂ, ਆਈਡੀਆ ਲਿੱਤਾ, ਉਹਦੇ ਬਾਅਦ ਹੁਣ ਫੈਸਲਾ ਉਹ ਕਰਨਗੇ ਸਰ। ਉੱਧਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ 11 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਰੂਪ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਅਗਲਾ ਪ੍ਰਧਾਨ ਹੁਣ ਕੌਣ ਬਣੇਗਾ, ਇਸ ਦਾ ਫੈਸਲਾ ਕੱਲ੍ਹ ਹੀ ਹੋਵੇਗਾ। ਪਰ ਉਹਨਾਂ ਨਾਲ ਹੀ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਨ ਦਾ ਮੌਕਾ ਮਿਲਦਾ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਦੇ ਅਨੁਸਾਰ ਹੀ ਆਪਣੀ ਸੇਵਾ 'ਤੇ ਕੰਮ ਕਰਨਗੇ। ਜ਼ਿਆਦਾ ਇੱਛਾ ਦਾ ਕੋਈ ਮਤਲਬ ਨਹੀਂ ਹੁੰਦਾ। ਸਾਡੀ ਜਿਹੜੀ ਪਾਰਟੀ ਹੈ ਇਹ ਸਹੀ ਮਾਇਨਿਆਂ ਵਿੱਚ ਡੈਮੋਕ੍ਰੈਟਿਕ ਪਾਰਟੀ ਹੈ। ਦੇਖੋ ਤੁਸੀਂ ਦੇਖਿਆ ਕਿ ਸਾਰੇ ਮੈਂਬਰਸ ਨੂੰ ਇਕੱਲੇ ਇਕੱਲੇ ਦੀ ਰਾਏ ਲਈ ਗਈ ਆ। ਹਾਜਾ ਬੀਬਾ ਕੀ ਹਾਲ ਹੈ ਬੇਟਾ? ਸਾਰੇ ਮੈਂਬਰਸ ਦੀ ਰਾਏ ਲਈ ਗਈ ਹੈ। ਇਸ ਦੇ ਬਾਅਦ ਅੱਜ ਅਧਿਕਾਰ ਜਿਹੜੇ ਨੇ ਮੈਂਬਰ ਸਾਹਿਬਾਨ ਦੇਣਗੇ ਆਪਣੇ ਪ੍ਰਧਾਨ ਸਾਹਿਬ ਨੂੰ, ਫਿਰ ਉਹ ਵਿਚਾਰ ਚਰਚਾ ਉਹਨਾਂ ਕੋਲ ਆਲਰੇਡੀ ਹੈਗੀ ਹੈ ਜਾਂ ਹੋਰ ਕੋਈ ਕਰਨੀ ਕਰਕੇ ਉਹ ਜਿਹਨੂੰ ਬਣਾਉਣਗੇ। ਮੈਂ ਕਿਹਾ ਮੈਨੂੰ ਮਿਲੇ ਜਾਂ ਨਾ ਮਿਲੇ, ਜੋ ਮੈਨੂੰ ਜਸ ਮਿਲ ਗਿਆ ਮੈਨੂੰ ਉਹੀ ਬਹੁਤ ਹੈ। ਨਹੀਂ ਮੌਕਾ ਮਿਲਦਾ ਤੇ ਕੋਈ ਐਸੇ ਕੰਮ ਹੈਗੇ ਨੇ ਜਿਹੜੇ ਤੁਸੀਂ ਹੋਰ ਕਰਨਾ ਚਾਹੋਗੇ ਜਿਹੜੇ 11 ਸਾਲਾਂ 'ਚ ਨਹੀਂ ਕਰ ਪਾਏ? ਜੀਵਾਂ ਅਨੁਸਾਰ ਕੰਮ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਸੱਦੇ ਗਏ ਇਸ ਜਨਰਲ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਪਰਚੀ ਵਿੱਚੋਂ ਕਿਹੜਾ ਪ੍ਰਧਾਨ ਨਿਕਲ ਕੇ ਬਾਹਰ ਆਉਂਦਾ ਹੈ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।